14 ਸਾਲ ਦੀ ਨਬਾਲਗ ਬੱਚੀ 8ਵੀਂ ਜਮਾਤ ਚ ਪੜਨ ਵਾਲੀ ਬੱਚੀ ਦਾ ਰੇਪ ਕੀਤਾ ਗਿਆ ਔਰ ਰੇਪ ਕਰਨ ਤੋਂ ਬਾਅਦ ਬਲਾਤਕਾਰ ਕਰਨ ਤੋਂ ਬਾਅਦ ਉਹਨੂੰ ਬੜਾ ਜ਼ਾਲਮਾਨਾ ਢੰਗ ਦੇ ਨਾਲ ਉਹਦਾ ਮਰਡਰ ਕੀਤਾ ਗਿਆ ਕਤਲ ਕੀਤਾ ਗਿਆ بے ਸ਼ੱਕ ਦੋਸ਼ੀ ਜਿਹੜਾ ਫੜ ਲਿਆ ਗਿਆ 302 ਦਾ ਮੁਕੱਦਮਾ ਦਰਜ ਕੀਤਾ ਗਿਆ ਪੋਕਸੋ ਐਕਟ ਲਾਇਆ ਗਿਆ ਕੋਈ 354 ਵੀ ਲਗਾਈ ਗਈ ਹੈ ਪਰ ਸਮਾਜ ਦੇ ਵਿੱਚ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹ ਕਦੋਂ ਸੇਫ ਹੋਣਗੀਆਂ ਕਦੋਂ ਸੁਰੱਖਿਅਤ ਰਹਿਣਗੀਆਂ ਔਰ ਕਿਵੇਂ ਸੁਰੱਖਿਅਤ ਰਹਿਣਗੀਆਂ ਇਹ ਜ਼ਿੰਮੇਵਾਰੀ ਕਿਹਦੀ ਹੈ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਕਿ ਉਹਨੇ ਆਪਣੇ ਲਾਅ ਆਰਡਰ ਨੂੰ ਬਰਕਰਾਰ ਕਰਕੇ ਰੱਖਣਾ ਕਿ ਡੀਜੀਪੀ ਸਾਹਿਬ ਤੋਂ ਮੈਂ ਮੰਗ ਕਰੂੰਗਾ ਕਿ ਕੇਸ ਨੂੰ ਜਿਹੜਾ ਤੁਸੀਂ ਇਹ ਕੇਸ ਹੈ ਛੋਟਾ ਮੋਟਾ ਕੇਸ ਨਹੀਂ ਪੂਰੀ ਦੁਨੀਆ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਦਿਲ ਕੰਬੇ ਨੇ ਖੁਸ਼ਪਰੀਧੀ ਘਟਨਾ ਨੂੰ ਸੁਣ ਕੇ ਉਹਦੀ ਵੀਡੀਓ ਦੇਖ ਕੇ ਜਿਹੜੀ ਵਾਇਰਲ ਹੋਈ ਹੈ ਸੋ ਇਹਨੂੰ ਫਾਸਟ ਟਰੈਕ ਜਿਹੜੀ ਸਰਕਾਰ ਚਾਹੇ ਤਾਂ ਲੈ ਕੇ ਜਾ ਸਕਦੀ ਹੈ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਸਪੈਸ਼ਲ ਕੋਰਟਾਂ ਹੁੰਦੀਆਂ ਨੇ ਔਰ ਫਾਸਟ ਟਰੈਕ ਉਹਦੇ ਚ ਕਟੋਕਟ 3 ਮਹੀਨੇ 6 ਮਹੀਨੇ ਦੇ ਵਿੱਚ ਵਿੱਚ ਇਸ ਕੇਸ ਦੇ ਵਿੱਚ ਫੈਸਲਾ ਆਉਣਾ ਚਾਹੀਦਾ ਹੈ ਔਰ ਦੋਸ਼ੀ ਨੂੰ ਜਿਹੜਾ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹੁਣ ਉਹ ਐਸੇ ਦੋਸ਼ੀਆਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਕਿਉਂਕਿ ਉਹ ਖਤਰਾ ਨੇ ਸਾਡੇ ਸਮਾਜ ਤੇ ਸਾਡੀਆਂ ਲੜਕੀਆਂ ਨਹੀਂ ਸਾਡੇ ਬੱਚਿਆਂ ਲਈ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਹਲਕਾ ਸ਼ਤਰਾਨਾ ਦੇ ਜਿਹੜਾ ਜ਼ਿਲ੍ਹਾ ਪਟਿਆਲੇ ਚ ਪੈਂਦਾ ਹੈ ਪਾਤੜਾਂ ਦੇ ਵਿੱਚਾਂ ਸੁੰਦਰ ਬਸਤੀ ਦੇ ਵਿੱਚ ਪਿਛਲੀ 11 ਤਰੀਕ ਨੂੰ 11 ਜੁਲਾਈ ਨੂੰ ਮੰਨਨ 11 ਜੁਲਾਈ ਨੂੰ ਮੌਤ ਹੋਈ ਔਰ ਇੱਕ ਬਹੁਤ ਦਰਦਨਾਕ ਸਾਡੀ 14 ਸਾਲ ਦੀ ਨਬਾਲਗ ਬੱਚੀ 8ਵੀਂ ਜਮਾਤ ਚ ਪੜਨ ਵਾਲੀ ਬੱਚੀ ਦਾ ਰੇਪ ਕੀਤਾ ਗਿਆ ਔਰ ਰੇਪ ਕਰਨ ਤੋਂ ਬਾਅਦ ਬਲਾਤਕਾਰ ਕਰਨ ਤੋਂ ਬਾਅਦ ਉਹਨੂੰ ਬੜਾ ਜ਼ਾਲਮਾਨਾ ਢੰਗ ਦੇ ਨਾਲ ਉਹਦਾ ਮਰਡਰ ਕੀਤਾ ਗਿਆ ਕਤਲ ਕੀਤਾ ਗਿਆ ਸੋ ਅੱਜ ਪਰਿਵਾਰ ਦੇ ਨਾਲ ਆਏ ਆ ਖੁਸ਼ਪ੍ਰੀਤ ਜਿਹੜੀ ਬੇਟੀ ਇਸ ਦੁਨੀਆ ਤੇ ਨਹੀਂ ਰਹੀ ਉਹਦੇ ਪਰਿਵਾਰ ਨਾਲ ਅਸੀਂ ਖੜੇ ਆ ਔਰ ਦੁੱਖ ਸਾਂਝਾ ਕੀਤਾ ਔਰ ਅਸੀਂ ਪੰਜਾਬ ਸਰਕਾਰ ਤੋਂ ਵੀ ਮੈਂ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਵੱਲੋਂ ਇਹ ਮੰਗ ਕਰੂੰਗਾ ਕਿ ਬੇਸ਼ੱਕ ਦੋਸ਼ੀ ਜਿਹੜਾ ਫੜ ਲਿਆ ਗਿਆ 302 ਦਾ ਮੁਕੱਦਮਾ ਦਰਜ ਕੀਤਾ ਗਿਆ ਪੋਕਸੋ ਐਕਟ ਲਾਇਆ ਗਿਆ ਕੋਈ 354 ਵੀ ਲਗਾਈ ਗਈ ਹੈ ਪਰ ਸਮਾਜ ਦੇ ਵਿੱਚ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹ ਕਦੋਂ ਸੇਫ ਹੋਣਗੀਆਂ ਕਦੋਂ ਸੁਰੱਖਿਅਤ ਰਹਿਣਗੀਆਂ ਔਰ ਕਿਵੇਂ ਸੁਰੱਖਿਅਤ ਰਹਿਣਗੀਆਂ ਇਹ ਜ਼ਿੰਮੇਵਾਰੀ ਕਿਹਦੀ ਹੈ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਕਿ ਉਹਨੇ ਆਪਣੇ ਲਾਅ ਐਂਡ ਆਰਡਰ ਨੂੰ ਬਰਕਰਾਰ ਕਰਕੇ ਰੱਖਣਾ ਕਿ ਕਿਸੇ ਵੀ ਇਹ ਜਾਂ ਕਿਸੇ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਜੇ ਕੋਈ ਸੰਗੀਨ ਜਿਹੜੇ ਜੁਰਮ ਨਾ ਹੋਣ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਕਿਵੇਂ ਇੱਕ ਬੰਦੇ ਦਾ ਹੌਸਲਾ ਪੈ ਗਿਆ ਕਿ ਧੱਕੇ ਨਾਲ ਚੱਕ ਕੇ ਇੱਕ ਬੱਚੀ ਨੂੰ ਸਕੂਲ ਦੇ ਵਿੱਚ ਸਿੱਟਿਆ ਜਾਂਦਾ ਮੈਂ ਉਹ ਜਗ੍ਹਾ ਦੇਖ ਰਿਹਾ ਸੀ ਜਿੱਥੇ ਸਿੱਟਿਆ ਔਰ ਫਿਰ ਉਹਦੇ ਨਾਲ ਰੇਪ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਉਹਦਾ ਕਤਲ ਕੀਤਾ ਜਾਂਦਾ ਕਤਲ ਵੀ ਕੋਈ ਐਨ ਵੀ ਉਹਦਾ ਗਲ ਘੁੱਟ ਕੇ ਮਾਰਦਾ ਪਤਾ ਨਹੀਂ ਉਹਦੇ ਸਿਰ ਦੇ ਵਿੱਚ ਕਿੰਨੇ ਇੱਕ ਵਾਰ ਕੀਤੇ ਗਏ ਕਿੰਨਾ ਹਾਲਾਤਾਂ ਚ ਉਹ ਬੱਚੀ ਨੇ ਤੜਫ ਤੜਫ ਕੇ ਆਪਣੀ ਜਾਨ ਦਿੱਤੀ ਹੈ ਸੋ ਇਹ ਤਾਂ ਉਹ ਜਾਣਦੀ ਹੈ ਜਾਂ ਉਹਦਾ ਪਰਮਾਤਮਾ ਜਾਣਦਾ ਹੈ ਜਾਂ ਪਰਿਵਾਰ ਜਾਣਦਾ ਹੈ ਜਿਹਦਾ ਜੀ ਚਲਾ ਗਿਆ ਇਸ ਦੁਨੀਆ ਚ ਸੋ ਪਰਿਵਾਰ ਦੇ ਨਾਲ ਕੋਈ ਗੱਲ ਨਹੀਂ ਬੀਬੀ ਹੌਸਲਾ ਰੱਖੋ ਇਹ ਲੜਾਈ ਹੈ ਆਪਾਂ ਲੜਾਂਗੇ ਔਰ ਪੁਲਿਸ ਨੇ ਇਹ ਕਰਤਾ ਪਰਚਾ ਦਰਜ ਕਰਤਾ ਲੇਕਿਨ ਮੈਂ ਪੰਜਾਬ ਸਰਕਾਰ ਤੋਂ ਔਰ ਖਾਸ ਕਰਕੇ ਡੀਜੀਪੀ ਸਾਹਿਬ ਤੋਂ ਇਹ ਮੰਗ ਕਰੂੰਗਾ ਕਿ ਕੇਸ ਨੂੰ ਜਿਹੜਾ ਤੁਸੀਂ ਇਹ ਕੇਸ ਹੈ ਛੋਟਾ ਮੋਟਾ ਕੇਸ ਨਹੀਂ ਪੂਰੀ ਦੁਨੀਆ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਦਿਲ ਕੰਬੇ ਨੇ ਖੁਸ਼ਪਰੀਦੀ ਘਟਨਾ ਨੂੰ ਸੁਣ ਕੇ ਉਹਦੀ ਵੀਡੀਓ ਦੇਖ ਕੇ ਜਿਹੜੀ ਵਾਇਰਲ ਹੋਈ ਹੈ ਸੋ ਇਹਨੂੰ ਫਾਸਟ ਟਰੈਕ ਜਿਹੜੀ ਸਰਕਾਰ ਚਾਹੇ ਤਾਂ ਲੈ ਕੇ ਜਾ ਸਕਦੀ ਹੈ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਸਪੈਸ਼ਲ ਕੋਟਾ ਹੁੰਦੀਆਂ ਨੇ ਔਰ ਫਾਸਟ ਟਰੈਕ ਉਹਦੇ ਚ ਘੱਟੋ ਘੱਟ 3 ਮਹੀਨੇ 6 ਮਹੀਨੇ ਦੇ ਵਿੱਚ ਵਿੱਚ ਇਸ ਕੇਸ ਦੇ ਵਿੱਚ ਫੈਸਲਾ ਆਉਣਾ ਚਾਹੀਦਾ ਹੈ ਔਰ ਦੋਸ਼ੀ ਨੂੰ ਜਿਹੜਾ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹੁਣ ਉਹ ਐਸੇ ਦੋਸ਼ੀਆਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਕਿਉਂਕਿ ਉਹ ਖਤਰਾ ਨੇ ਸਾਡੇ ਸਮਾਜ ਤੇ ਸਾਡੀਆਂ ਲੜਕੀਆਂ ਨਹੀਂ ਸਾਡੇ ਬੱਚਿਆਂ ਲਈ ਡੀਜੀਪੀ ਸਾਹਿਬ ਤੋਂ ਮੈਂ ਮੰਗ ਕਰੂੰਗਾ ਕੇ ਕੇਸ ਨੂੰ ਜਿਹੜਾ ਤੁਸੀਂ ਇਹ ਕੇਸ ਹੈ ਛੋਟਾ ਮੋਟਾ ਕੇਸ ਨਹੀਂ ਪੂਰੀ ਦੁਨੀਆ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਦਿਲ ਕੰਬੇ ਨੇ ਖੁਸ਼ਪਰੀਦੀ ਘਟਨਾ ਨੂੰ ਸੁਣ ਕੇ ਉਹਦੀ ਵੀਡੀਓ ਦੇਖ ਕੇ ਜਿਹੜੀ ਵਾਇਰਲ ਹੋਈ ਹੈ ਸੋ ਇਹਨੂੰ ਫਾਸਟ ਟਰੈਕ ਜਿਹੜੀ ਸਰਕਾਰ ਚਾਹੇ ਤਾਂ ਲੈ ਕੇ ਜਾ ਸਕਦੀ ਹੈ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਸਪੈਸ਼ਲ ਕੋਟਾ ਹੁੰਦੀਆਂ ਨੇ ਔਰ ਫਾਸਟ ਟਰੈਕ ਉਹਦੇ ਚ ਘੱਟੋ ਘੱਟ 3 ਮਹੀਨੇ 6 ਮਹੀਨੇ ਦੇ ਵਿੱਚ ਵਿੱਚ ਇਸ ਕੇਸ ਦੇ ਵਿੱਚ ਫੈਸਲਾ ਆਉਣਾ ਚਾਹੀਦਾ ਹੈ ਔਰ ਦੋਸ਼ੀ ਨੂੰ ਜਿਹੜਾ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹੁਣ ਉਹ ਐਸੇ ਦੋਸ਼ੀਆਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਕਿਉਂਕਿ ਉਹ ਖਤਰਾ ਨੇ ਸਾਡੇ ਸਮਾਜ ਤੇ ਸਾਡੀਆਂ ਲੜਕੀਆਂ ਨਹੀਂ ਸਾਡੇ ਬੱਚਿਆਂ ਲਈ ਇੱਥੇ ਹੋਰ ਵੀ ਕਿੰਨੀਆਂ ਸਾਡੇ ਧੀਆ ਭੈਣਾਂ ਨੇ ਰਹਿਣਾ ਜਾਂ ਕਰਨਾ ਸੋ ਅਸੀਂ ਮੰਗ ਕਰਾਂਗੇ ਕਿ ਕੇਸਾਂ ਨੂੰ ਫਾਸਟ ਟਰੈਕ ਅਦਾਲਤਾਂ ਵਿੱਚ ਲਾ ਜਾ ਕੇ ਇਹਨਾਂ ਕੇਸਾਂ ਦੇ ਇਮੀਡੀਏਟਲੀ ਜਿਹੜੇ ਹੈਗੇ ਨੇ ਫੈਸਲੇ ਕੀਤੇ ਜਾਣ ਔਰ ਪਰਿਵਾਰ ਦੀ ਮੰਗ ਔਰ ਸਾਡੀ ਮੰਗ ਹੈ ਕਿ ਇਹ ਜਿਹੇ ਜਿਹੜੇ ਦਰਿੰਦੇ ਲੋਕ ਨੇ ਜਿਹੜੇ ਲੋਕਾਂ ਨੂੰ ਇਦਾਂ ਮਾਰ ਰਹੇ ਨੇ ਸ਼ਰਿਆਂ ਵੀਡੀਓ ਕਾਲ ਕਰਕੇ ਦਿਖਾ ਰਹੇ ਨੇ ਕਿ ਮੈਂ ਮਾਰਿਆ ਤੇ ਆ ਮੈਂ ਕੀਤਾ ਇਹਦਾ ਸਭ ਕੁਝ ਸੋ ਐਸੇ ਦਰਿੰਦਿਆਂ ਨੂੰ ਮੈਂ ਕਿਹਾ ਕਿ ਬਾਹਰ ਨਹੀਂ ਆਉਣ ਦੇਣਾ ਚਾਹੀਦਾ ਔਰ ਇਹਨਾਂ ਨੂੰ ਘੱਟੋ ਘੱਟ ਫાંਸੀ ਤੇ ਲੜਕਾ ਦੇਣਾ ਚਾਹੀਦਾ ਹੈ ਔਰ ਫાંਸੀ ਦੀ ਸਜ਼ਾ ਮੁਕਰਰ ਹੋਣੀ ਚਾਹੀਦੀ ਹੈ ਤਾਂ ਜਾ ਕੇ ਪਰਿਵਾਰ ਦੇ ਜ਼ਖਮਾਂ ਤੇ ਜਿਹੜਾ ਮੱਲਮ ਲੱਗੂਗਾ ਸੋ ਪਰਿਵਾਰ ਨੇ ਮੈਨੂੰ ਦੱਸਿਆ ਕਿ ਇੱਥੇ ਪੁਲਿਸ ਵੱਲੋਂ ਕੋਈ ਸੁਰੱਖਿਆ ਦਾ ਬੰਦੋਬਸਤ ਨਹੀਂ ਕਿਉਂਕਿ ਇਹ ਏਰੀਏ ਦੇ ਆਲੇ ਦੁਆਲੇ ਨਾ ਪੂਰਾ ਮੱਕੜ ਜਾਲ ਹੈ ਜਿਹੜਾ ਹੈਗਾ ਨਸ਼ੇ ਦੇ ਦੇ ਵਿੱਚ ਟੰਨ ਹੋਏ ਲੋਕ ਘੁੰਮਦੇ ਰਹਿੰਦੇ ਨੇ ਉੱਥੇ ਕਿ ਇੱਥੇ ਘੱਟੋ-ਘੱਟ ਡੀਐਸਪੀ ਸਾਹਿਬ ਮੈਂ ਪਤਨਾ ਨੂੰ ਬੇਨਤੀ ਕਰੂੰਗਾ ਐਸਐਸਪੀ ਪਟਿਆਲਾ ਨੂੰ ਬੇਨਤੀ ਕਰੂੰਗਾ ਕਿ ਘੱਟੋ-ਘੱਟ ਇਸ ਪਰਿਵਾਰ ਨੂੰ ਇਹਨਾਂ ਨੂੰ ਸੇਫ ਰੱਖਣ ਵਾਸਤੇ ਕੋਈ ਸੁਰੱਖਿਆ ਦਾ ਇੱਥੇ ਬੰਦੋਬਸਤ ਕੀਤਾ ਜਾਵੇ ਘੱਟੋ-ਘੱਟ ਕੋਈ ਪੈਟਰੋਲਿੰਗ ਲਗਾਈ ਜਾਵੇ ਤਾਂ ਕਿ ਕੋਈ ਮਾੜਾ ਅਨਸਰ ਦੁਬਾਰੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਸੋ ਮੇਰੇ ਨਾਲ ਖੁਸ਼ਪ੍ਰੀਤ ਦੀ ਮਾਸੀ ਜੀ ਨੇ ਉਹ ਜਿਨ੍ਹਾਂ ਕੋਲ ਰਹਿੰਦੀ ਸੀਗੀ ਉਹ 2 ਮਿੰਟ ਆਪਣੀ ਸਰਕਾਰ ਤੱਕ ਜਿਹੜੀ ਹੈਗੀ ਆ ਫਰਿਆਦ ਕਰਨਗੇ ਹਾਂ ਜੀ ਦੱਸੋ ਕੀ ਚਾਹੁੰਦੇ ਸੀ ਜੀ ਸਰ ਮੈਂ ਤਾਂ ਇਹ ਚਾਹਨੀ ਹੈ ਕਿ ਵੀ ਇੱਕ ਤਾਂ ਸਾਨੂੰ ਇਨਸਾਫ਼ ਮਿਲਣਾ ਚਾਹੀਏ ਗੁੜੀਆਂ ਕਿੰਨੀਆਂ ਇੱਕ ਲਾਲਾ ਸਾਡੇ ਚੌਂਕੀਦਾਰ ਹੋਣਾ ਚਾਹੀਏ ਇੱਕ ਸਾਡੇ ਮਲਾਜ਼ਮ ਹੋਣੇ ਚਾਹੀਦੇ ਨੇ ਸਖਤ ਪੈਰਾ ਹੋਣਾ ਚਾਹੀਏ ਸਾਡਾ ਜੀ ਅਸੀਂ ਸਾਰੇ ਮੰਗ ਕਰਾਂਗੇ ਜੀ ਵੀ ਕੱਲ ਨੂੰ ਹੋਰ ਮੁੰਡੇ ਦੇਖ ਕੇ ਹਾਲਤ ਨੂੰ ਹੋਰ ਉੱਠਣਗੇ ਜੀ ਕੁੜੀਆਂ ਦਾ ਕੋਈ ਬਸੇਬਾ ਨਹੀਂ ਹੈਗਾ ਜੀ ਇੱਥੇ ਇਸ ਤਰ੍ਹਾਂ ਸਾਡਾ ਇਨਸਾਫ਼ ਮਿਲਣਾ ਚਾਹੀਏ ਜੀ ਸਾਨੂੰ ਜਿਵੇਂ ਸਾਡੀ ਕੁੜੀ ਨਾਲ ਅਤਿਆਕਾਰੀ ਹੈ ਜੀ ਉਹਦੇ ਨਾਲ ਵੀ ਇਹ ਕੁਝ ਬਣਨਾ ਚਾਹੀਏ ਜੀ ਸਾਨੂੰ ਜਦ ਤੱਕ ਸਾਡੇ ਠੰਡ ਨਹੀਂ ਪੈਂਦੀ ਜੀ ਸੋ ਮੈਂ ਫੇਰ ਸਰਕਾਰ ਤੋਂ ਮੰਗ ਕਰਦਾ ਔਰ ਡੀਜੀਪੀ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਤੋਂ ਮਾਨਯੋਗ ਭਗਵੰਤ ਸਿੰਘ ਮਾਨ ਤੋਂ ਕਿ ਬੱਚੀ ਨੂੰ ਜਿਹੜਾ ਖੁਸ਼ਪ੍ਰੀਤ ਨੂੰ ਇਨਸਾਫ ਤਾਂ ਮਿਲੂਗਾ ਜੇ ਉਹਦੇ ਕੇਸ ਨੂੰ ਉਹਦੀ ਕੇਸ ਦੀ ਪੈਰਵਾਹੀ ਸਰਕਾਰ ਕਰੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਲੜਕੀਆਂ ਬੱਚੀਆਂ ਦੇ ਅੰਦਰ ਇਸ ਘਟਨਾ ਨੂੰ ਲੈ ਕੇ ਬਹੁਤ ਵੱਡਾ ਇੱਕ ਸਹਿਮ ਪੈਦਾ ਹੋ ਗਿਆ ਡਰ ਪੈਦਾ ਹੋ ਗਿਆ ਕਿ ਕਿਵੇਂ ਮਾਵਾ ਆਪਣੇ ਬੱਚੇ ਨੂੰ ਕਹ ਦੂਗਾ ਵੀ ਫਲਾਨੀ ਦੁਕਾਨ ਤੋਂ ਸੌਦਾ ਲਿਆ ਕਿ ਮਾਰਕੀਟ ਚ ਜਾ ਕੇ ਆ ਸੌਦਾ ਲਿਆ ਕੀ ਪਤਾ ਉਹਦੇ ਨਾਲ ਰਸਤੇ ਚ ਕੀ ਘਟਨਾ ਹੋ ਜੇ ਜਦੋਂ ਤੱਕ ਇਹ ਜੇ ਦਰਿੰਦਿਆਂ ਨੂੰ ਇਹ ਜੇ ਪਾਪ ਕਰਨ ਵਾਲੇ ਲੋਕਾਂ ਨੂੰ ਇਹ ਜੇ ਜੁਰਮ ਕਰਨ ਵਾਲੇ ਲੋਕਾਂ ਨੂੰ ਸਖਤ ਸਜ਼ਾਵਾਂ ਨਹੀਂ ਮਿਲਦੀਆਂ ਫਾਂਸੀ ਤੇ ਨਹੀਂ ਲਟਕਾਇਆ ਜਾਂਦਾ ਔਰ ਇਹਨਾਂ ਕੇਸਾਂ ਨੂੰ ਫਾਸਟ ਟਰੈਕ ਕੋਰਟਾਂ ਚ ਨਹੀਂ ਚਲਾ ਕੇ ਜਿਹੜੀ ਸਜ਼ਾ ਦਾ ਪ੍ਰਬੰਧ ਜਲਦੀ ਨਹੀਂ ਕੀਤਾ ਜਾਂਦਾ ਸਾਡੇ ਪਰਿਵਾਰਾਂ ਚ ਸਾਡੇ ਪੰਜਾਬ ਚ ਸਾਡੇ ਸੂਬੇ ਚ ਸਾਡੇ ਜ਼ਿਲ੍ਹੇ ਚ ਮੈਂ ਕਹਿੰਨਾ ਕਿ ਡਰ ਦਾ ਮਾਹੌਲ ਬਣਿਆ ਰਹਿਣਾ ਸੋ ਸਰਕਾਰ ਤੋਂ ਮੰਗਿਆ ਕਿ ਖੁਸ਼ਪ੍ਰੀਤ ਨੂੰ ਇਨਸਾਫ ਦਿਓ ਖੁਸ਼ਪ੍ਰੀਤ ਇਸ ਦੁਨੀਆ ਤੇ ਨਹੀਂ ਰਹੀ